ਇਹ ਜੋੜਾ ਘਰ ਐਤਵਾਰ ਖੁੱਲਦਾ ਵਾ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮੀ 7 ਵਜੇ ਤੱਕ ਵੈਸੇ ਅਸੀਂ ਇੱਥੇ ਹੁੰਦੇ ਹਾਂ। ਇਹ ਜੋੜਾ ਘਰ ਤਕਰੀਬਨ 8-9 ਮਹੀਨੇ ਹੋਏ ਬਾਹਰ ਦਾ ਜੋੜਾ ਘਰ ਬਣੇ ਨੂੰ, ਕਿਉਂਕਿ ਪਹਿਲਾਂ ਵੀ ਸੰਗਤ ਕਾਫੀ ਆਉਂਦੀ, ਫਿਰ ਸੰਗਤ ਬਹੁਤ ਜ਼ਿਆਦਾ ਹੋਣ ਕਰਕੇ ਇਹ ਜੋੜਾ ਘਰ ਬਾਹਰ ਬਣਾਉਣਾ ਪਿਆ। ਜੋੜੇ ਘਰ 5 ਭਰ ਜਾਂਦੇ ਆ ਤੇ ਸੰਗਤ ਬਾਬਾ ਜੀ ਦੀ ਇੰਨੀ ਕਿਰਪਾ ਵਾ ਕਿ ਸੰਗਤ ਹਰ ਐਤਵਾਰ ਵੱਧ ਹੀ ਜਾਂਦੀ ਆ। ਇੱਕ ਜੋੜਾ ਘਰ ਹੋਰ ਪ੍ਰਾਈਵੇਟ ਲੱਗ ਚੁੱਕਾ ਵਾ, ਉਹ ਸਕੱਤਰੀ ਜਿਹੜਾ ਆਪਣਾ ਕਿੱਤਿਆਂ ਦੇ ਬਾਹਰ ਬਾਰ ਜਿਹੜੀ ਪਾਰਕ ਆ ਉਹਦੇ ਵਿੱਚ ਵੀ ਪ੍ਰੇਮੀਆਂ ਨੇ ਇੱਕ ਜੋੜਾ ਘਰ ਸ਼ੁਰੂ ਕਰ ਦਿੱਤਾ ਵਾ, ਕਿਉਂਕਿ ਸੰਗਤ ਬਹੁਤ ਜ਼ਿਆਦਾ ਹੋਣ ਕਰਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਇਸ ਵੇਲੇ ਅਸੀਂ ਗੁਰਦੁਆਰਾ ਸ਼ਹੀਦਾਂ ਸਾਹਿਬ ਦੇ ਬਾਹਰ ਪਹੁੰਚੇ ਹੋਏ ਹਾਂ, ਜਿੱਥੇ ਕਿ ਸੰਗਤਾਂ ਦੇ ਵੱਲੋਂ ਜੋੜਾ ਘਰ ਜਿਹੜਾ ਉਹ ਬਣਾਇਆ ਗਿਆ, ਕਿਉਂਕਿ ਹਰ ਇੱਕ ਜਗ੍ਹਾ ਜਿਹੜੀ ਛੋਟੀ ਪੈ ਚੁੱਕੀ ਹੈ। ਗੁਰਦੁਆਰਾ ਸਾਹਿਬ ਦੇ ਅੰਦਰ ਜੋੜਾ ਘਰ ਤਾਂ ਹੈ ਪਰ ਉਹ ਛੋਟਾ ਪੈ ਚੁੱਕਾ। ਤਾਂ ਇਸ ਵੇਲੇ ਅਸੀਂ ਤੁਹਾਨੂੰ ਤਸਵੀਰ ਜਿਹੜੀ ਆ ਉਹ ਗੁਰਦੁਆਰਾ ਸਾਹਿਬ ਦੇ ਬਾਹਰ ਦਿਖਾ ਰਿਹਾ। ਤੁਸੀਂ ਵੇਖ ਸਕਦੇ ਹੋ ਕਿ ਨਿਸ਼ਕਾਮ ਸੇਵਕ ਜਥਾ ਦੇ ਵੱਲੋਂ ਜਿਹੜੀ ਇਹ ਸੇਵਾ ਉਹ ਨਿਭਾਈ ਜਾ ਰਹੀ ਹੈ। ਤਾਂ ਜਿਹੜਾ ਜੋੜਾ ਘਰ ਇੱਥੇ ਬਣਾਇਆ ਗਿਆ ਤਾਂ ਨਾਲ ਦੇ ਨਾਲ ਜਿਹੜੇ ਬੈਨਰ ਨੇ ਉਹ ਲੱਗੇ ਹੋਏ ਦਿਖਾਈ ਦੇ ਰਹੇ ਨੇ, ਜਿਹਦੇ ਉੱਪਰ ਲਿਖਿਆ ਹੋਇਆ ਕਿ ਐਤਵਾਰ ਜੋੜਾ ਘਰ ਖੁੱਲ੍ਹਣ ਦਾ ਸਮਾਂ 9 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ, ਤਾਂ ਜੋੜੇ ਰੱਖੇ ਜਾਂਦੇ ਨੇ, ਜੋੜੇ ਵਾਪਸੀ 5 ਵਜੇ ਤੱਕ ਇੱਥੇ ਜਿਹੜੇ ਜੋੜੇ ਨੇ ਉਹ ਰੱਖੇ ਜਾਣਗੇ। ਤਾਂ ਤੁਸੀਂ ਵੇਖ ਸਕਦੇ ਹੋ ਕਿ ਸਭ ਤੋਂ ਵੱਡਾ ਜਿਹੜਾ ਜੋੜਾ ਘਰ ਆ ਉਹ ਗੁਰਦੁਆਰਾ ਸਾਹਿਬ ਦੇ ਬਾਹਰ ਬਣਾਇਆ ਗਿਆ। ਤਾਂ ਅਸੀਂ ਗੱਲਬਾਤ ਵੀ ਕਰਦੇ ਹਾਂ, ਤਾਂ ਪਹਿਲਾਂ ਕਿਹੜੀ ਤੁਹਾਡੀ ਜਥੇਬੰਦੀ ਹੈ ਤਾਂ ਕੀ ਤੁਹਾਡਾ ਨਾਮ ਆ ਜੀ? ਦਾਸ ਮੁੱਖ ਸੇਵਾਦਾਰ ਸੁਖਦੇਵ ਸਿੰਘ ਵੇਰਕਾ। ਸਾਡੀ ਸੁਸਾਇਟੀ ਦਾ ਨਾਮ ਆ ਨਿਸ਼ਕਾਮ ਸੇਵਕ ਜਥਾ ਜੋੜਾ ਘਰ ਗੁਰਦੁਆਰਾ ਸ਼ਹੀਦ ਗੰਜ ਸਾਹਿਬ। ਸਾਰੇ ਪ੍ਰੇਮੀ ਸਾਡਾ ਸਾਥ ਦਿੰਦੇ ਆ। ਇਹ ਜੋੜਾ ਘਰ ਐਤਵਾਰ ਖੁੱਲ੍ਹਦਾ ਵਾ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮੀ 7 ਵਜੇ ਤੱਕ ਵੈਸੇ ਅਸੀਂ ਇੱਥੇ ਹੁੰਦੇ ਹਾਂ, ਅਤੇ 3-3:30 ਵਜੇ ਤੱਕ ਜੋੜੇ ਵਾਪਸ ਕੀਤੇ ਜਾਂਦੇ ਆ, ਜਮ੍ਹਾਂ ਕੀਤੇ ਜਾਂਦੇ ਆ, ਅਤੇ 5:30 ਵਜੇ ਤੱਕ ਜੋੜੇ ਵਾਪਸ ਦਿੱਤੇ ਜਾਂਦੇ ਆ। ਫਿਰ ਵੀ ਅਸੀਂ 1-1.5 ਘੰਟਾ ਸੰਗਤ ਦਾ ਵੇਟ ਕਰਦੇ ਹਾਂ ਕਿ ਕੁਛ ਸੰਗਤ ਬਾਹਰੋਂ ਆਈ ਹੁੰਦੀ ਆ ਵੀ ਉਹ ਖਰਾਬ ਨਾ ਹੋਵੇ। ਜੇ 7 ਵਜੇ ਜੋੜਾ ਘਰ ਬੰਦ ਕਰ ਦਈਏ ਫਿਰ ਵੀ ਅਸੀਂ ਲਿਖ ਕੇ ਲਾਇਆ ਬੈਨਰ ਇੱਕ ਇੱਥੇ ਕਿ ਜੇ ਸੰਗਤ ਨੂੰ ਨਾਮ ਹੀ ਪਤਾ ਲੱਗੇ ਬੈਨਰ ਨਾ ਪੜ੍ਹੇ, ਅਤੇ ਦੂਸਰਾ ਜੋੜਾ ਘਰ ਨੰਬਰ 1 ਹੈਗਾ ਵਾ ਇਹ ਜੋੜੇ ਜਿਹੜੇ ਵਧੇ ਆ ਅਸੀਂ ਉੱਥੇ ਲੈ ਜਾਂਦੇ ਹਾਂ ਵੀ ਉਹ ਸੰਗਤ ਉੱਥੋਂ ਜਾ ਕੇ ਜੋੜੇ ਲੈ ਸਕਦੇ ਨੇ। ਵੈਸੇ ਜਿਹੜਾ ਦੂਸਰਾ ਜੋੜਾ ਘਰ ਉਹ 24 ਘੰਟੇ ਖੁੱਲ੍ਹਦਾ ਵਾ, ਅਤੇ ਇਹ ਜਿਹੜੇ ਪ੍ਰੇਮੀ ਆ ਇਹ ਸਾਰੇ ਐਤਵਾਰ ਦੇ ਐਤਵਾਰ ਆਉਂਦੇ ਆ, ਅਤੇ ਅਸੀਂ ਦਾਸ ਸ਼ਨੀਵਾਰ ਵੀ ਅਤੇ ਐਤਵਾਰ ਹੀ ਆਉਂਦਾ ਵਾ, ਅਤੇ ਸਾਰੇ ਸੰਗਤ ਜਿੰਨੇ ਵੀ ਸੇਵਾਦਾਰ ਸਾਡੇ ਆ ਸਾਡਾ ਸਾਥ ਦਿੰਦੇ ਆ, ਅਤੇ ਸੰਗਤ ਐਤਵਾਰ ਇੰਨੀ ਕੁ ਹੁੰਦੀ ਆ ਕਿ ਵਾਹਿਗੁਰੂ ਜੀ ਬਾਬਾ ਦੀਪ ਸਿੰਘ ਦੀ ਇੰਨੀ ਕਿਰਪਾ ਵਾ ਕਿ ਹਰ ਕਿਸ ਦੀ ਆਸ ਮੁਰਾਦ ਪੂਰੀ ਹੁੰਦੀ ਆ। ਜੇਕਰ ਅਸੀਂ ਗੱਲ ਕਰੀਏ ਕਿੰਨਾ ਸਮਾਂ ਤੁਹਾਨੂੰ ਹੋ ਚੁੱਕਾ ਹੈ ਐਤਵਾਰ ਦੇ ਦਿਨ ਇੱਥੇ ਜਿਹੜਾ ਜੋੜਾ ਘਰ ਤੁਸੀਂ ਬਣਾਇਆ? ਇੱਥੇ ਇਹ ਜੋੜਾ ਘਰ ਤਕਰੀਬਨ 8-9 ਮਹੀਨੇ ਹੋਏ ਬਾਹਰ ਦਾ ਜੋੜਾ ਘਰ ਬਣੇ ਨੂੰ, ਕਿਉਂਕਿ ਪਹਿਲਾਂ ਵੀ ਸੰਗਤ ਕਾਫੀ ਆਉਂਦੀ, ਫਿਰ ਸੰਗਤ ਬਹੁਤ ਜ਼ਿਆਦਾ ਹੋਣ ਕਰਕੇ ਇਹ ਜੋੜਾ ਘਰ ਬਾਹਰ ਬਣਾਉਣਾ ਪਿਆ, ਅਤੇ ਉਸ ਤੋਂ ਪਹਿਲਾਂ ਦੂਸਰੇ 4 ਜੋੜੇ ਘਰ ਹੋ ਰਿਹਾ, ਉਹਨੂੰ 4 ਦਾ ਨਾਂ ਸਰਦਾ ਗਿਆ ਸੀ, ਅਤੇ ਜਾਰੀ ਸੰਗਤ ਹੋਣ ਕਰਕੇ ਸੰਗਤ ਜਿਹੜੀ ਨਾ ਜੋੜੇ ਬਾਹਰ ਲਾਉਣੇ ਸ਼ੁਰੂ ਕਰ ਦਿੱਤੇ, ਇਸ ਕਰਕੇ ਇਹ ਜੋੜਾ ਘਰ ਬਣਾਇਆ ਗਿਆ ਵਾ, ਅਤੇ ਹੁਣ ਕਾਫੀ ਸੰਗਤ ਜਿਹੜੀ ਨਾ ਇਹ ਜੋੜੇ ਘਰ ਦੇ ਵਿੱਚ ਜੋੜੇ ਜਮ੍ਹਾਂ ਕਰਵਾਉਂਦੀ ਆ, ਅਤੇ ਫਿਰ ਵੀ ਅਜੇ ਵੀ ਸੰਗਤ ਇੰਨੀ ਆ ਕਿ ਇਹ ਵੀ ਜੋੜਾ ਘਰ ਭਰ ਜਾਂਦਾ ਵਾ, ਅਤੇ ਸੰਗਤ ਫਿਰ ਵੀ ਜੋੜੇ ਬਾਹਰ ਲਾ ਕੇ ਚੱਲ ਜਾਂਦੀ ਆ। 5 ਜੋੜੇ ਘਰ 5 ਭਰ ਜਾਂਦੇ ਆ, ਅਤੇ ਸੰਗਤ ਬਾਬਾ ਜੀ ਦੀ ਇੰਨੀ ਕਿਰਪਾ ਵਾ ਕਿ ਸੰਗਤ ਹਰ ਐਤਵਾਰ ਵੱਧ ਹੀ ਜਾਂਦੀ ਆ। ਜੇਕਰ ਅਸੀਂ ਗੱਲ ਕਰੀਏ ਜੋੜਾ ਘਰ ਨੂੰ ਇੱਥੇ ਲਗਾਉਣ ਦੇ ਲਈ ਕਿੰਨਾ ਕੁ ਸਮਾਂ ਲੱਗ ਜਾਂਦਾ ਜੀ ਤੁਹਾਨੂੰ? ਜੋੜਾ ਘਰ
ਅਸੀਂ ਸਵੇਰੇ ਸ਼ੁਰੂ ਕਰਦੇ 9 ਵਜੇ ਤੇ ਇਹ 2 ਘੰਟੇ ਤੱਕ ਜੋੜਾ ਘਰ ਭਰ ਜਾਂਦਾ ਵਾ ਤੇ ਉਸ ਤੋਂ ਬਾਅਦ ਫਿਰ ਜਿਹੜੀ ਨਾ ਆਈ ਚਲਾਈ ਚੱਲਦੀ ਆ ਜਿੱਦਾਂ ਜਿਹੜੀ ਸੰਗਤ ਦੁਬਾਰਾ ਜੋੜੇ ਲਈ ਜਾਂਦੀ ਆ ਦੁਬਾਰਾ ਉਹ ਜਮ੍ਹਾਂ ਕਰੀ ਜਾਂਦੇ ਆ ਫਿਰ ਜੇ ਅੰਦਰ ਥੋੜਾ ਬਹੁਤਾ ਜੋੜਾ ਘਰ ਖਾਲੀ ਹੁੰਦਾ ਵਾ ਅਸੀਂ ਸੰਗਤਾਂ ਨੂੰ ਬੇਨਤੀ ਕਰੀਦੀ ਆ ਵੀ ਜੋੜੇ ਅੱਗੇ ਲੈ ਜਾਓ ਪਾਰਕਿੰਗ ਵਾਲੇ ਜੋੜੇ ਘਰ ਲੈ ਜਾਓ ਜਾਂ ਉੱਦਾਂ ਇਹ ਜੋੜੇ ਘਰ ਭਰਨ ਕਰਕੇ ਇੱਕ ਜੋੜਾ ਘਰ ਹੋਰ ਪ੍ਰਾਈਵੇਟ ਲੱਗ ਚੁੱਕਾ ਵਾ ਉਹ ਸਕੱਤਰੀ ਜਿਹੜਾ ਆਪਣਾ ਕਿੱਤਿਆਂ ਦੇ ਬਾਹਰ ਬਾਰ ਜਿਹੜੀ ਪਾਰਕ ਆ ਉਹਦੇ ਵਿੱਚ ਵੀ ਪ੍ਰੇਮੀਆਂ ਨੇ ਇੱਕ ਜੋੜਾ ਘਰ ਸ਼ੁਰੂ ਕਰ ਦਿੱਤਾ ਵਾ ਕਿਉਂਕਿ ਸੰਗਤ ਬਹੁਤ ਜ਼ਿਆਦਾ ਹੋਣ ਕਰਕੇ ਇੱਕ ਜੋੜਾ ਘਰ ਉੱਥੇ ਵੀ ਸ਼ੁਰੂ ਹੋ ਚੁੱਕਾ ਵਾ ਤਾਂ ਤੁਸੀਂ ਵੇਖਿਆ ਕਿ ਅਸੀਂ ਲਗਾਤਾਰ ਗੱਲਬਾਤ ਕੀਤੀ ਆ ਫਿਲਹਾਲ ਵੱਲੋਂ ਦੱਸਿਆ ਜਾ ਰਿਹਾ ਕਿ ਜਦੋਂ ਐਤਵਾਰ ਦਾ ਦਿਨ ਹੁੰਦਾ ਤਾਂ ਰਿਕਾਰਡ ਤੋੜ ਜਿਹੜੀ ਸੰਗਤ ਇੱਥੇ ਪਹੁੰਚਦੀ ਹੈ ਤਾਂ ਹਰ ਇੱਕ ਜਗ੍ਹਾ ਜਿਹੜੀ ਉਹ ਛੋਟੀ ਪੈ ਜਾਂਦੀ ਹੈ ਤੇ ਜੇਕਰ ਅਸੀਂ ਗੱਲ ਕਰੀਏ ਜੋੜਾ ਘਰ ਦੀ ਤਾਂ ਜੋੜਾ ਘਰ ਬਹੁਤ ਜ਼ਿਆਦਾ ਨੇ ਤਾਂ ਗੁਰਦੁਆਰਾ ਸਾਹਿਬ ਦੇ ਅੰਦਰ ਵੀ ਨੇ ਤਾਂ ਇਹਨਾਂ ਦੇ ਵੱਲੋਂ ਬਾਹਰ ਜਿਹੜਾ ਜੋੜੇ ਘਰ ਦੀ ਸ਼ੁਰੂਆਤ ਉਹ ਕੀਤੀ ਗਈ ਹੈ ਤੇ ਜੇਕਰ ਅਸੀਂ ਗੱਲ ਕਰੀਏ ਤੁਸੀਂ ਵੇਖ ਸਕਦੇ ਹੋ ਕਿ ਸਭ ਤੋਂ ਵੱਡਾ ਜੋੜਾ ਘਰ ਜੇਕਰ ਅਸੀਂ ਗੱਲ ਕਰੀਏ ਸੜਕ ਦੇ ਉੱਪਰ ਜਿਹੜਾ ਉਹ ਦਿਖਾਈ ਦੇ ਰਿਹਾ ਤਾਂ ਸੜਕ ਦੇ ਉੱਪਰ ਜੋੜਾ ਘਰ ਇਸ ਕਰਕੇ ਤਿਆਰ ਕੀਤਾ ਗਿਆ ਕਿਉਂਕਿ ਸੰਗਤਾਂ ਨੇ ਜਿਹੜੇ ਰਿਕਾਰਡ ਤੋੜ ਦਿੱਤੇ ਨੇ ਤਾਂ ਉਸ ਨੂੰ ਲੈ ਕੇ ਹਰ ਇੱਕ ਜਗ੍ਹਾ ਜਿਹੜੀ ਛੋਟੀ ਪੈ ਚੁੱਕੀ ਹੈ ਤਾਂ ਉਸ ਨੂੰ ਲੈ ਕੇ ਜਿਹੜਾ ਇਹ ਜੋੜੇ ਘਰ ਦੀ ਸ਼ੁਰੂਆਤ ਇਹਨਾਂ ਦੇ ਵੱਲੋਂ ਕੀਤੀ ਗਈ ਹੈ ਤਾਂ ਨਾਲ ਦੇ ਨਾਲ ਹੋਰ ਵੀ ਜਿਹੜੀਆਂ ਜਥੇਬੰਦੀਆਂ ਨੇ ਤਾਂ ਉਹਨਾਂ ਦੇ ਵੱਲੋਂ ਵੀ ਜਿਹੜੇ ਜੋੜੇ ਘਰ ਨੇ ਉਹ ਖੋਲੇ ਗਏ ਨੇ ਤਾਂ ਜੋ ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਾ ਆ ਸਕੇ। ਕੈਮਰਾਮੈਨ ਸੰਦੀਪ ਦੇ ਨਾਲ ਗੁਰਪ੍ਰੀਤ ਸਿੰਘ ਸਾਹਿਲ, ਅੰਮ੍ਰਿਤਸਰ।